ਹਾਂਜੀ, ਆ ਬੱਚੇ ਬਹੁਤ ਛੋਟੇ ਆ ਅਤੇ ਆਂਡੇ ਦੇ ਵਿੱਚ ਛੇਕ ਕਰਕੇ ਅਤੇ ਆ ਸਰਿੰਜ ਦੇ ਵਿੱਚ ਅੰਡਾ ਭਰ ਲਿਆ ਅਤੇ ਇਹ ਹੁਣ ਮੈਂ ਤੁਹਾਨੂੰ ਦਿਖਾਉਣਾ। ਨਿੱਕੇ ਨਿੱਕੇ ਬੱਚੇ ਆ, ਇਹ ਬੱਚੇ ਨੂੰ ਆਪਾਂ ਫਿਟ ਕਰਾਉਣੀ ਹੈ ਬਹੁਤ ਕੇਅਰਫੁਲੀ। ਬਿਲਕੁਲ ਪਿਆਰ ਨਾਲ ਇਹਨਾਂ ਬੱਚਿਆਂ ਦੇ ਮਾਂ ਪਿਓ ਇਹਨਾਂ ਨੂੰ ਨਹੀਂ ਕਰ ਰਹੇ ਫਿਰ। ਲਓ ਜੀ ਬੱਚੇ ਦਾ ਪੋਟਾ ਬਿਲਕੁਲ ਫੁੱਲ ਅਤੇ ਇੱਦਾਂ ਹੀ ਆਹ ਬੱਚਾ ਆਹ ਮੁੱਕ ਗਿਆ ਸਰਿੰਜ, ਆਪਾਂ ਨਵਾਂ ਭਰ ਲੈਣਾ। ਸਰਿੰਜ ਭਰ ਲਈਏ ਅਤੇ ਇਹ ਬੱਚਿਆਂ ਨੂੰ ਵੀ ਤੇ ਇਹ ਦੋ ਕੁ ਦਿਨ ਆਪਾਂ ਇੱਥੇ ਬੱਚਿਆਂ ਨੂੰ ਦੇਵਾਂਗੇ ਚੋਗਾ ਅਤੇ ਉਹ ਤੋਂ ਬਾਅਦ ਮਾਂ ਬਾਪ ਇਹਨਾਂ ਦੇ ਕਰਾਉਣ ਲੱਗ ਪਏ ਠੀਕ ਆ, ਨਹੀਂ ਤਾਂ ਇੱਦਾਂ ਹੀ ਪਾਲਾਂਗੇ। ਮੈਂ ਪਹਿਲੀ ਵਾਰੀ ਪਾਲ ਰਿਹਾ ਜੀ ਨਿੱਕੇ ਬੱਚੇ ਨੂੰ, ਨਹੀਂ ਤਾਂ ਅੱਗੇ ਕਦੀ ਨਹੀਂ ਸੀ ਪਾਲੇ। ਅਤੇ ਇਹ ਬੱਚੇ ਦਾ ਪੋਟਾ ਵੀ ਫੁੱਲਿਆ, ਇਹਦਾ ਵੀ ਫੁੱਲਿਆ ਅਤੇ ਇਹਦਾ ਵੀ ਫੁੱਲਿਆ। ਇਹ ਬੱਚਾ ਲੱਕਿਆਂ ਦਾ ਆ, ਇੱਕ ਨਿਕਲਿਆ ਆ, ਇੱਕ ਹਲੇ ਅੰਡਾ ਪਿਆ ਕਬੂਤਰੀ ਥੱਲੇ ਅਤੇ ਦੋ ਬੱਚੇ ਮਲਵਈਆਂ ਦੇ ਆ ਅਤੇ ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਸੀਗਾ ਅਤੇ ਮੈਂ ਕਿਹਾ ਚਲੋ ਐਤਕੀ ਤਜਰਬਾ ਵੀ ਆ ਹੋ ਜੂਗਾ।